ਅੰਮ੍ਰਿਤਸਰ ਮੁੱਖ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ ਜਿਸ ਵਿੱਚ ਗੱਲਬਾਤ ਕਰਦੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਹੁਣ ਕਾਂਗਰਸ ਅਤੇ ਅਕਾਲੀ ਦਲ ਨੂੰ ਲਾਂਭੇ ਕਰਨ ਲਈ ਤੀਸਰਾ ਬਦਲ ਚਾਹੀਦਾ ਇਸ ਕਰਕੇ ਅਸੀਂ ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਰੇ ਇਕੱਠੇ ਹੋ ਕੇ ਤੀਸਰੇ ਬਦਲ ਦੀ ਤਿਆਰੀ ਕਰਦੇ ਹਾਂ ਇਹਨਾਂ ਕਾਂਗਰਸੀਆਂ ਅਤੇ ਅਕਾਲੀ ਨੂੰ ਪੰਜਾਬ ਵਿੱਚ ਬਾਹਰ ਦਾ ਰਸਤਾ ਦਿਖਾਉਣ ਇਸ ਤੀਸਰੇ ਬਦਲ ਲਈ ਅਕਾਲੀ ਦਲ ਟਕਸਾਲੀ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਕਿਸਾਨੀ ਮੁੱਦੇ 'ਤੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹਲਕੇ ਨਾਲ ਨਹੀਂ ਲੈਣਾ ਚਾਹੀਦਾ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਨਿਤਰਨ ਅਤੇ ਹੋਰ ਅਹੁਦੇਦਾਰ ਸਾਹਿਬਾਨ ਜਿਹੜੇ ਆ ਉਹ ਇੱਥੇ ਹਾਜ਼ਰ ਹੋਏ ਨੇ ਵਿਚਾਰਾਂ ਕੀਤੀਆਂ ਨੇ ਖਾਸ ਕਰਕੇ ਜੋ ਮੌਕੇ ਦੇ ਹਾਲਾਤ ਨੇ ਉਹਨਾਂ 'ਤੇ ਖੁੱਲ੍ਹ ਕੇ ਚਰਚਾ ਹੋਈ ਆ ਔਰ ਸਭ ਤੋਂ ਪਹਿਲਾਂ ਤਾਂ ਜਿਹੜਾ ਇਸ਼ੂ ਆਇਆ ਸਾਡੀ ਪਾਰਟੀ ਦੇ ਵਿੱਚ ਉਹ ਇਹ ਆ ਕਿ ਪਾਰਟੀ ਸਾਰੇ ਹਮ ਖਿਆਲ ਜਿਹੜੀਆਂ ਹੋਰ ਪਾਰਟੀਆਂ ਉਹਨਾਂ ਦੇ ਨਾਲ ਏਕਤਾ ਚਾਹੁੰਦੀ ਆ ਇਸ ਵੇਲੇ ਪੰਜਾਬ ਦੇ ਵਿੱਚ ਥਾਂ ਪਰ ਥਾਂ 'ਤੇ ਸਾਰੀਆਂ ਪਾਰਟੀਆਂ ਬੜੀਆਂ ਐਕਟਿਵ ਨੇ ਜਿਹਦੇ ਵਿੱਚ ਬਾਦਲ ਅਕਾਲੀ ਦਲ ਕਾਂਗਰਸ ਆਪ ਵਾਲੇ ਪਰ ਉਹਨਾਂ ਤੋਂ ਬਿਨਾਂ ਵੀ ਹੋਰ ਕਈ ਪਾਰਟੀਆਂ ਐਸੀਆਂ ਨੇ ਜਿਹੜੇ ਇਕੱਲੇ ਇਕੱਲੇ ਤੌਰ 'ਤੇ ਕੰਮ ਕਰਦੀਆਂ ਨੇ ਪਰ ਹੈ ਹਮ ਖਿਆਲ ਪਾਰਟੀਆਂ ਉਹ ਮੈਂ ਅੱਜ ਆਪਣੀ ਪਾਰਟੀ ਵੱਲੋਂ ਜੋ ਇੱਥੇ ਮਤਾ ਵੀ ਲਿਆਂਦਾ ਗਿਆ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਪੰਜਾਬ ਦਿਆਂ ਲੋਕਾਂ ਨੂੰ ਅਤੇ ਖਾਸ ਕਰਕੇ ਜਿਹੜੀਆਂ ਸਾਡੀਆਂ ਹਮ ਖਿਆਲ ਪਾਰਟੀਆਂ ਨੇ ਉਹਨਾਂ ਦੀ ਏਕਤਾ ਜਿਹੜੀ ਆ ਹੋਣੀ ਲਾਜ਼ਮੀ ਆ ਉਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜੋ ਵੀ ਕੁਰਬਾਨੀ ਕਰਨੀ ਚਾਹੂਗੀ ਚਾਹੇਗਾ ਉਹ ਇਹਦੇ ਵਾਸਤੇ ਕਰੇਗਾ ਉਹਦਾ ਕਾਰਨ ਇਹ ਆ ਕਿ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਅਤੇ ਉਸ ਤੋਂ ਬਾਅਦ ਅਸੈਂਬਲੀ ਦੀਆਂ ਚੋਣਾਂ ਹੋਣੀਆਂ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਹੀ ਪਾਰਟੀਆਂ ਦੇ ਆਧਾਰ ਦੇ ਉੱਤੇ ਗੱਠਜੋੜ ਦੇ ਆਧਾਰ ਦੇ ਉੱਤੇ ਸਾਰੀਆਂ ਇਲੈਕਸ਼ਨਾਂ ਹੋਣੀਆਂ ਨੇ ਸੋ ਜ਼ਰੂਰੀ ਆ ਕਿ ਇਹ ਤੀਜਾ ਬਦਲ ਚਾਹੀਦਾ ਬਾਦਲਾਂ ਦਾ ਔਰ ਕਾਂਗਰਸ ਦਾ ਤਾਂ ਕਿ ਇਹਨਾਂ ਦੋਵਾਂ ਨੂੰ ਤਾਂ ਲੋਕਾਂ ਨੇ ਵੇਖ ਲਿਆ ਅਤੇ ਇਹਨਾਂ ਨੂੰ ਲਾਂਭੇ ਕੀਤਾ ਜਾ ਸਕੇ ਪੰਜਾਬ ਦੇ ਵਿੱਚ ਵੀ ਸੱਤਾ ਲਿਆਂਦੀ ਜਾ ਸਕੇ ਔਰ ਸ਼੍ਰੋਮਣੀ ਅਕਾਲੀ ਜਿਹੜਾ ਕਮੇਟੀ ਆ ਉਹਦੀ ਜਿਹੜੀ ਆ ਸਦਾ ਤਬਦੀਲੀ ਉਹ ਵੀ ਕੀਤੀ ਜਾਵੇ ਸਭ ਤੋਂ ਪਹਿਲਾਂ ਮਤਾ ਅਤੇ ਜਿਹੜਾ ਵਾ ਉਹ ਇੱਕ ਇਹ ਆ ਦੂਸਰਾ ਆ ਜੋ ਕਿਸਾਨਾਂ ਦਾ ਆਪਣਾ ਐਜੀਟੇਸ਼ਨ ਚੱਲ ਰਹੀ ਆ ਸੰਘਰਸ਼ ਚੱਲ ਰਿਹਾ ਯੁੱਧ ਚੱਲ ਰਿਹਾ ਉਹਦੇ ਵਿੱਚ ਲੰਮਾ ਸਮਾਂ ਹੋ ਗਿਆ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਦੀ ਸਰਕਾਰ ਆ ਉਹਦੇ ਕੰਨਾਂ ਦੇ ਵਿੱਚ ਜੂੰ ਨਹੀਂ ਸਰਕੀ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਪੰਜਾਬ ਨੇ ਪਹਿਲਾਂ ਬਹੁਤ ਵੱਡੇ ਸੰਤਾਪ ਹੋ ਗਏ ਨੇ 12-14 ਸਾਲ ਲੋਕਾਂ ਨੇ ਅੰਦਰੀ ਵੜ ਕੇ ਕੱਟੇ ਅਤੇ ਜੇ ਕੋਈ ਇੱਥੇ ਨਿੱਕੀ ਮੋਟੀ ਪਰਚੀ ਕੋਈ ਗਹਿਰਾ ਸੁੱਟ ਜਾਂਦਾ ਸੀ ਤਾਂ ਉੱਦਣ ਉੱਥੇ ਕਰਫਿਊ ਲੱਗ ਜਾਂਦਾ ਸੀ ਕੋਈ ਵੇਹਦਾ ਨਹੀਂ ਸੱਚੀ ਹੋ ਪਰਚੀ ਝੂਠ ਐਡੀ ਵੱਡੀ ਦਹਿਸ਼ਤ ਦੇ ਵਿੱਚ ਲੋਕ ਲੰਘੇ ਨੇ ਪੰਜਾਬ ਦਾ ਆਰਥਿਕ ਤੌਰ 'ਤੇ ਵੀ ਨੁਕਸਾਨ ਹੋਇਆ ਬਰਬਾਦ ਹੋਇਆ ਬੇਰੁਜ਼ਗਾਰੀ ਵਧੀ ਅਤੇ ਅਖੀਰ ਤੁਹਾਡੇ ਸਾਹਮਣੇ ਜੋ ਕੁਛ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਇਸ ਵਾਸਤੇ ਅਸੀਂ ਸੈਂਟਰ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਦੀ NDA ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਉਹ ਪੰਜਾਬ ਦੇ ਇਸ ਇਸ਼ੂ ਨੂੰ ਲਾਈਟਲੀ ਨਾ ਲਵੇ ਉਹੋ ਜਿਹੇ ਹਾਲਾਤ ਬਣਾਉਣ ਤੋਂ ਸੰਕੋਚ ਕਰੇ ਕਿਉਂਕਿ ਬਹੁਤ ਵੱਡਾ ਸੰਤਾਪ ਅਸੀਂ ਜਿਹੜਾ ਭੋਗਿਆ ਲੜਾਈ ਹਿੰਦੂ ਅਤੇ ਸਿੱਖ ਦੀ ਨਹੀਂ ਇਹ ਜਿਹੜੇ ਫੰਡਾਮੈਂਟਲਿਸਟ ਲੋਕ ਨੇ ਸਾਰੀਆਂ ਪਾਰਟੀਆਂ ਦੇ ਵਿੱਚ ਨੇ ਸਭ ਧਰਮਾਂ ਦੇ ਵਿੱਚ ਨੇ ਉਹਨਾਂ ਦੀਆਂ ਸ਼ਰਾਰਤਾਂ ਕਰਕੇ ਉਹਨਾਂ ਦੀਆਂ ਬੇਵਕੂਫੀਆਂ ਕਰਕੇ ਅਤੇ ਉਹਨਾਂ ਦੀਆਂ ਕਈ ਹੋਰ ਵਜ੍ਹਾ ਜਿਹੜੀਆਂ ਕਰਕੇ ਜਿਹੜਾ ਪੰਜਾਬ ਦੇ ਵਿੱਚ ਆ
ये हालात जिहड़े इस बंदे नूं जा रहे आ बहुत खतरनाक हालात ने, इन्हां नूं बंद करना चाहिए। और जिहड़ियां किसानां दीआं मंगां ने, मंगां तां कुछ भी नहीं, आ दो तीन मंगां ने, मेरा ख्याल एक्ट नूं सारे नूं बदलन दी लोड़ नहीं, वो तो मंगां मानन लईआं जाण ते अपने आप सुख शांति पंजाब विच आ जांदी आ। उस तरह काम जिस तरह पहला चलता उस तरह काम चलता रह सकता। सो इस करके साड़ी ये बेनती है, बाकी असी किसानां दे नाल आ और असी उन्हां नूं दसना चाहुंदे आ, बेनती करना चाहुंदे आ कि असी तुहाडे नाल आ, तन नाल नाल आ, मन नाल नाल आ, धन दे नाल नाल आ, असी हर दुख सुख दे विच तुहाडे नाल आ। जिहड़े घरां दे विच परिवार ने, जिहड़े साडे लोग ने, उन्हां नाम दर्दी रखदे ने, उन्हां दे नाल आ। सो इस करके बच्चा बच्चा पंजाब दा, अज हिंदू ते सिख दी नहीं कोई गल, एवें लोग इहियां गल्लां बनाउंदे ते बनाई जाण जिन्नियां मर्जी आ, इह ते इक आर्थिक मसला वा जिमीदारां दा। आर्थिक मसले नूं आर्थिक तौर दे उत्ते हल करना चाहिए, इहनूं इधर उधर नहीं खड़ना चाहिए। सो इस करके ये जायज़ मंगया, बहुत जायज़ मंगया, और सारे हिंदुस्तान के किसानों कट्ठे होना चाहिए, कट्ठे होकर जो चुप करके बैठे ने बाहर उन्होंने भी तकड़े होकर संघर्ष के हिस्सा लेना चाहिए और अपनी मंगा मनवाया चाहिए। ये साड़ी एक बेनती है।